ਬੁਰਜ ਖਲੀਫਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ। ਮਲੇਸ਼ੀਆ ਦੇ 450 ਮੀਟਰ ਉੱਚੇ ਟਵਿਨ ਟਾਵਰ ਨੂੰ ਵੀ ਤੁਸੀਂ ਜਾਣਦੇ ਹੀ ਹੋਵੋਗੇ, ਇਹਨਾਂ ਨੂੰ ਵੀ ਸੈਮਸੰਗ ਨੇ ਬਣਾਇਆ ਹੈ। ਸ਼ੁਰੂ ਦੇ ਵਿੱਚ ਸੈਮਸੰਗ ਕੰਪਨੀ ਨਿਊਡਲ, ਮੱਛੀ ਅਤੇ ਸਬਜ਼ੀਆਂ ਨੂੰ ਵੇਚਿਆ ਕਰਦੀ ਸੀ, ਪਰ ਅੱਜ ਕੱਲ੍ਹ ਇਹ ਕੰਪਨੀ ਫਾਈਟਰ ਜੈਟ, ਸ਼ਿਪ, ਟੈਂਕ ਅਤੇ ਇਲੈਕਟ੍ਰੋਨਿਕਸ ਤੋਂ ਬਿਨਾਂ ਇੰਸ਼ੋਰੈਂਸ ਅਤੇ ਕੈਮੀਕਲ ਵਰਗੇ ਅਲੱਗ ਅਲੱਗ ਸੈਕਟਰਾਂ ਦੇ ਵਿੱਚ ਕੰਮ ਕਰ ਰਹੀ ਹੈ। ਪਰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸੈਮਸੰਗ ਨੂੰ ਮੋਬਾਈਲ, ਟੀਵੀ, ਫਰਿੱਜ ਅਤੇ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਕਰਕੇ ਹੀ ਜਾਣਦੇ ਨੇ। ਅੱਜ ਵੀ ਗੂਗਲ ਤੋਂ ਬਾਅਦ ਜੇਕਰ ਕੋਈ ਐਂਡਰਾਇਡ ਨੂੰ ਕੰਟਰੋਲ ਕਰਦਾ ਹੈ ਤਾਂ ਉਹ ਸੈਮਸੰਗ ਹੈ। ਦੁਨੀਆ ਦੀ ਚਾਹੇ ਮੋਬਾਈਲਾਂ ਦੀ ਕੋਈ ਵੀ ਕੰਪਨੀ ਕਿਉਂ ਨਾ ਹੋਵੇ, ਪਰ ਉਹ ਸੈਮਸੰਗ ਦੀ ਮਦਦ ਤੋਂ ਬਿਨਾਂ ਇੱਕ ਆਪਣਾ ਮੋਬਾਈਲ ਫੋਨ ਨਹੀਂ ਬਣਾ ਸਕਦੀ। ਫਿਰ ਉਹ ਚਾਹੇ ਗੂਗਲ ਦਾ ਪਿਕਸਲ ਫੋਨ ਹੋਵੇ ਜਾਂ ਫਿਰ ਐਪਲ ਦਾ ਆਈਫੋਨ ਕਿਉਂ ਨਾ ਹੋਵੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਨਿਊਡਲ, ਮੱਛੀ ਅਤੇ ਸਬਜ਼ੀਆਂ ਵੇਚਣ ਵਾਲੀ ਕੰਪਨੀ ਨੇ ਐਡਾ ਵੱਡਾ ਬਿਜ਼ਨਸ ਕਿਵੇਂ ਖੜਾ ਕਰ ਲਿਆ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਦੇ ਬਾਰੇ ਹੀ ਪੂਰੀ ਜਾਣਕਾਰੀ ਦਵਾਂਗਾ। ਸੈਮਸੰਗ ਦੇ ਨਾਲ ਬਹੁਤ ਸਾਰੀਆਂ ਕੰਟਰੋਵਰਸੀ ਜੁੜੀਆਂ ਹੋਈਆਂ ਨੇ, ਕਿਵੇਂ ਸੈਮਸੰਗ ਨੇ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਲਈ ਗਲਤ ਰਾਸਤਿਆਂ ਨੂੰ ਵੀ ਚੁਣਿਆ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਜਾਣਾਂਗੇ। ਸੋ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ। ਇਹ ਹਾਂਜੀ ਲੀ ਬੁਆਇੰਗ ਚੋਲ, ਜਿਹੜੇ ਕਿ ਸਾਊਥ ਕੋਰੀਆ ਦੇ ਇੱਕ ਅਮੀਰ ਪਰਿਵਾਰ ਦੇ ਵਿੱਚ ਪੈਦਾ ਹੋਏ ਤੇ ਸਿਰਫ ਇਹਨਾਂ ਨੇ 28 ਸਾਲ ਦੀ ਉਮਰ ਦੇ ਵਿੱਚ ਹੀ ਸੈਮਸੰਗ ਟ੍ਰੇਡਿੰਗ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਤੇ ਸਾਊਥ ਕੋਰੀਆ ਦੇ ਵਿੱਚ ਸੈਮਸੰਗ ਦਾ ਮਤਲਬ ਹੁੰਦਾ ਹੈ 3 ਸਟਾਰ, ਯਾਨੀ ਕਿ ਉੱਥੇ 3 ਨੰਬਰ ਨੂੰ ਕਾਫੀ ਜ਼ਿਆਦਾ ਪਾਵਰਫੁਲ ਮੰਨਿਆ ਜਾਂਦਾ ਹੈ। ਸ਼ੁਰੂਆਤ ਦੇ ਵਿੱਚ ਸੈਮਸੰਗ ਇੱਕ ਛੋਟੀ ਜਿਹੀ ਕੰਪਨੀ ਸੀ ਜਿਸ ਨੇ ਹੌਲੀ ਹੌਲੀ ਆਪਣੇ ਬਿਜ਼ਨਸ ਨੂੰ ਸਾਊਥ ਕੋਰੀਆ ਦੇ ਨੇੜੇ ਨੇੜੇ ਦੇ ਦੇਸ਼ਾਂ ਦੇ ਵਿੱਚ ਫੈਲਾ ਲਿਆ ਸੀ। ਤੇ ਸਾਊਥ ਕੋਰੀਆ ਦੇ ਸਿਓਲ ਸ਼ਹਿਰ ਦੇ ਵਿੱਚ ਉਹਨਾਂ ਦਾ ਹੈੱਡ ਆਫਿਸ ਸੀ। 1950 ਦੇ ਵਿੱਚ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੇ ਵਿੱਚ ਯੁੱਧ ਸ਼ੁਰੂ ਹੋ ਜਾਂਦਾ ਹੈ। ਉਦੋਂ ਤੱਕ ਲੀ ਦਾ ਨਾਮ ਸਾਊਥ ਕੋਰੀਆ ਦੇ 10 ਟੌਪ ਦੀਆਂ ਕੰਪਨੀਆਂ ਦੇ ਵਿੱਚ ਆਉਣ ਲੱਗ ਗਿਆ ਸੀ। ਇਸ ਯੁੱਧ ਤੋਂ ਬਾਅਦ ਹੀ ਸੈਮਸੰਗ ਦੀ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ, ਕਿਉਂਕਿ ਇਹ ਯੁੱਧ ਤੋਂ ਬਾਅਦ ਸਾਊਥ ਕੋਰੀਆ ਦੇ ਵਿੱਚ ਲੋਕਾਂ ਦੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੋ ਗਏ ਸਨ। ਜਿਵੇਂ ਹੀ ਯੁੱਧ ਖਤਮ ਹੁੰਦਾ ਹੈ ਤਾਂ ਸੈਮਸੰਗ ਦੇ ਮਾਲਕ ਲੀ ਆਪਣੇ ਬਿਜ਼ਨਸ ਨੂੰ ਅਲੱਗ-ਅਲੱਗ ਸੈਕਟਰਾਂ ਦੇ ਵਿੱਚ ਫੈਲਾ ਦਿੰਦੇ ਨੇ। ਉਸ ਸਮੇਂ ਸਾਊਥ ਕੋਰੀਆ ਦੇ ਵਿੱਚ ਗੰਨੇ ਦੀ ਪ੍ਰੋਡਕਸ਼ਨ ਦਾ ਕੰਮ ਬਹੁਤ ਵੱਡੇ ਲੈਵਲ ਤੇ ਹੁੰਦਾ ਸੀ, ਇਸ ਕਰਕੇ ਸੈਮਸੰਗ ਨੇ ਸਭ ਤੋਂ ਪਹਿਲਾਂ ਸਾਊਥ ਕੋਰੀਆ ਦੇ ਵਿੱਚ ਸ਼ੂਗਰ ਕੇਨ ਰਿਫਾਈਨਰੀ ਲਗਾ ਦਿੱਤੀ। ਇਸ ਸ਼ੂਗਰ ਕੇਨ ਇੰਡਸਟਰੀ ਦੇ ਮੁਨਾਫੇ ਦੇ ਨਾਲ ਹੀ ਉਹ ਟੈਕਸਟਾਈਲ ਇੰਡਸਟਰੀ ਦੇ ਵਿੱਚ ਵੀ ਦਾਖਲ ਹੋ ਗਏ ਤੇ ਲੋਕਾਂ ਦੇ ਲਈ ਸਸਤੇ ਕੱਪੜੇ ਬਣਾਉਣ ਲੱਗੇ। ਸੈਮਸੰਗ ਨੇ ਸਾਊਥ ਕੋਰੀਆ ਦੇ ਵਿੱਚ ਸਭ ਤੋਂ ਵੱਡੀ ਉੱਨ ਦੀ ਮਿਲ ਦੀ ਸ਼ੁਰੂਆਤ ਕੀਤੀ ਅਤੇ ਨਾਲ ਦੀ ਨਾਲ ਹੀ ਇਹ ਕੱਪੜੇ ਨੂੰ ਵੀ ਬਣਾਉਣ ਲੱਗ ਗਏ ਤੇ ਸੈਮਸੰਗ ਆਪਣੇ ਪੈਸੇ ਨੂੰ ਅਲੱਗ-ਅਲੱਗ ਸੈਕਟਰਾਂ ਦੇ ਵਿੱਚ ਇਨਵੈਸਟ ਕਰ ਰਿਹਾ ਸੀ। ਸੈਮਸੰਗ ਨੇ ਆਪਣੇ ਕਈ ਡਿਪਾਰਟਮੈਂਟਲ ਸਟੋਰ ਖੋਲ੍ਹੇ ਤੇ ਉਹ ਇੰਸ਼ੋਰੈਂਸ ਸੈਕਟਰ ਦੇ ਵਿੱਚ ਵੀ ਦਾਖਲ ਹੋ ਗਏ। ਅੱਜ ਵੀ ਸੈਮਸੰਗ ਸਾਊਥ ਕੋਰੀਆ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਹੈ। ਇੰਨਾ ਸਾਰੇ ਬਿਜ਼ਨਸ ਤੋਂ ਸੈਮਸੰਗ ਨੂੰ ਇੰਨਾ ਜ਼ਿਆਦਾ ਪੈਸਾ ਆਉਣ ਲੱਗ ਗਿਆ ਕਿ ਸੈਮਸੰਗ ਦੇ ਮਾਲਕ ਲੀ ਹੁਣ ਸਾਊਥ ਕੋਰੀਆ ਦੇ ਸਭ ਤੋਂ ਜ਼ਿਆਦਾ ਅਮੀਰ ਵਿਅਕਤੀ ਬਣ ਗਏ। 1968 ਦੇ ਵਿੱਚ ਸੈਮਸੰਗ ਨੇ ਇਲੈਕਟ੍ਰੋਨਿਕਸ ਮਾਰਕੀਟ ਦੇ ਵਿੱਚ ਉਤਰਨ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਆਪਣਾ 12 ਇੰਚੀ ਦਾ ਬਲੈਕ ਐਂਡ ਵਾਈਟ ਟੀਵੀ ਲਾਂਚ ਕੀਤਾ ਤੇ ਅਗਲੇ ਕੁਝ ਹੀ ਸਾਲਾਂ ਦੇ ਵਿੱਚ ਸੈਮਸੰਗ ਪੂਰੀ ਦੁਨੀਆ ਦੀ ਨੰਬਰ 1 ਟੀਵੀ ਮੈਨੂਫੈਕਚਰਿੰਗ ਕੰਪਨੀ ਬਣ ਗਈ ਤੇ ਆਪਣੀ ਇਹ ਸਫਲਤਾ ਦੇ ਨਾਲ ਹੀ ਸੈਮਸੰਗ ਨੇ ਹੋਰ ਵੀ ਕਈ ਸਾਰੇ ਇਲੈਕਟ੍ਰੋਨਿਕ ਪ੍ਰੋਡਕਟ ਬਣਾਉਣੇ ਸ਼ੁਰੂ ਕਰ ਦਿੱਤੇ। ਸੈਮਸੰਗ ਨੇ 1979 ਦੇ ਵਿੱਚ ਮਾਈਕ੍ਰੋਵੇਵ, 1980 ਦੇ ਵਿੱਚ ਏਅਰ ਕੰਡੀਸ਼ਨ, 1981 ਦੇ ਵਿੱਚ ਕਲਰ ਟੀਵੀ ਅਤੇ 1983 ਦੇ ਵਿੱਚ ਪਰਸਨਲ ਕੰਪਿਊਟਰ ਨੂੰ ਵੀ ਲਾਂਚ ਕੀਤਾ। ਪਰ ਛੇਤੀ ਹੀ ਸੈਮਸੰਗ ਨੂੰ ਮਹਿਸੂਸ ਹੋਇਆ ਕਿ ਇਹਨਾਂ ਸਾਰੇ ਇਲੈਕਟ੍ਰੋਨਿਕ ਆਈਟਮ ਦੇ ਵਿੱਚ ਜਿਹੜੇ ਛੋਟੇ-ਛੋਟੇ ਪਾਰਟ ਲੱਗਦੇ ਨੇ ਉਹਨਾਂ ਦੇ ਲਈ ਉਹਨਾਂ ਨੂੰ ਹੋਰ ਕੰਪਨੀਆਂ ਦੇ ਉੱਪਰ ਨਿਰਭਰ ਹੋਣਾ ਪੈ ਰਿਹਾ ਹੈ। ਇਸ ਲਈ ਸੈਮਸੰਗ ਨੇ ਇੱਕ ਸੈਮੀਕੰਡਕਟਰ ਕੰਪਨੀ ਹੀ ਖਰੀਦ ਲਈ ਜਿਸ ਦੇ ਵਿੱਚ ਉਹ ਆਪਣੇ ਲਈ ਪਾਰਟਸ ਬਣਾਉਣ ਲੱਗੇ। ਅੱਜ ਐਪਲ ਦੇ ਫੋਨ ਦੇ ਵਿੱਚ ਵੀ ਸੈਮਸੰਗ ਦੀ ਮੈਮਰੀ ਚਿਪ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਸੈਮਸੰਗ ਕੰਪਨੀ ਬਹੁਤ ਵੱਡੇ-ਵੱਡੇ ਸ਼ਿਪ ਨੂੰ ਡਿਜ਼ਾਈਨ ਕਰਦੀ ਅਤੇ ਉਹਨਾਂ ਨੂੰ ਬਣਾਉਂਦੀ ਹੈ। ਇਸ ਤੋਂ ਬਾਅਦ ਆਉਂਦਾ ਹੈ ਸੈਮਸੰਗ ਕੰਸਟਰਕਸ਼ਨ ਅਤੇ ਟ੍ਰੇਡਿੰਗ ਕੰਪਨੀ। ਇਹ ਕੰਪਨੀ ਸੜਕਾਂ, ਟਨਲ, ਪੁਲ ਅਤੇ ਵੱਡੇ-ਵੱਡੇ ਬਿਲਡਿੰਗ ਪ੍ਰੋਜੈਕਟਾਂ ਦੇ ਉੱਪਰ ਕੰਮ ਕਰਦੀ ਹੈ। ਜਿਵੇਂ ਕਿ ਤੁਹਾਨੂੰ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਦੱਸਿਆ ਸੀ ਕਿ ਦੁਬਈ ਦਾ ਬੁਰਜ ਖਲੀਫਾ ਤੇ ਮਲੇਸ਼ੀਆ ਦੇ ਟਵਿਨ ਟਾਵਰ ਨੂੰ ਵੀ ਸੈਮਸੰਗ ਨੇ ਹੀ ਬਣਾਇਆ ਹੈ। ਹੁਣ ਆਪਣੇ ਵਿੱਚੋਂ ਜਿਹੜੇ ਲੋਕ ਸੈਮਸੰਗ ਨੂੰ ਮੋਬਾਈਲ ਅਤੇ ਟੀਵੀ ਜਾਂ ਇਲੈਕਟ੍ਰੋਨਿਕਸ ਚੀਜ਼ਾਂ ਬਣਾਉਣ ਵਾਲੀ ਕੰਪਨੀ ਸਮਝਦੇ ਸਨ, ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਸੈਮਸੰਗ ਕਿੰਨਾ ਵੱਡਾ ਹੈ। ਨਾਲ ਹੀ ਸੈਮਸੰਗ ਦੀ ਯੂਨੀਵਰਸਿਟੀਆਂ ਤੇ ਮੈਡੀਕਲ ਸੈਂਟਰ ਵੀ ਹਨ। ਹੁਣ ਤੁਸੀਂ ਸੋਚੋਗੇ ਕਿ ਇੱਕ ਆਦਮੀ ਬਿਜ਼ਨਸ ਸ਼ੁਰੂ ਕਰਦਾ ਹੈ, ਬਿਜ਼ਨਸ ਨੂੰ ਵਧਾਉਂਦਾ ਹੈ, ਫਿਰ ਉਸ ਦਾ ਬਿਜ਼ਨਸ ਚਾਰੇ ਪਾਸੇ ਫੈਲ ਜਾਂਦਾ ਹੈ ਤੇ ਫਿਰ ਉਹ ਇੰਨਾ ਵੱਡਾ ਸੈਮਸੰਗ ਬਣ ਜਾਂਦਾ ਹੈ। ਪਰ ਇਹ ਸਾਰੀ ਸੱਚੀ ਕਹਾਣੀ ਜਾਂ ਕਹੀਏ ਪੂਰੀ ਕਹਾਣੀ ਨਹੀਂ ਹੈ। ਸੈਮਸੰਗ ਦੀ ਸਫਲਤਾ ਦੇ ਪਿੱਛੇ ਬਹੁਤ ਸਾਰੀਆਂ ਕੰਟਰੋਵਰਸੀਆਂ ਲੁਕੀਆਂ ਹੋਈਆਂ ਨੇ। ਹੁਣ ਮੈਂ ਤੁਹਾਨੂੰ ਸੈਮਸੰਗ ਦੇ ਕੁਝ ਕਾਲੇ ਸੱਚ ਦੱਸੂਗਾ। 1950 ਦੇ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੇ ਯੁੱਧ ਤੋਂ ਬਾਅਦ ਸਾਊਥ ਕੋਰੀਆ ਦੀ ਪੂਰੀ ਤਰ੍ਹਾਂ ਦੇ ਨਾਲ ਇਕਨੋਮੀ ਬਰਬਾਦ ਹੋ ਚੁੱਕੀ ਸੀ ਤੇ ਸਾਊਥ ਕੋਰੀਆ ਦੇ ਰਾਸ਼ਟਰਪਤੀ ਕਿਸੇ ਵੀ ਹਾਲ ਦੇ ਵਿੱਚ ਆਪਣੇ ਦੇਸ਼ ਦੀ ਇਕਨੋਮੀ ਨੂੰ ਸੁਧਾਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਐਲਜੀ, ਸੈਮਸੰਗ ਤੇ ਹੰਡਈ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਸਪੋਰਟ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਕੰਪਨੀਆਂ ਨੂੰ ਬਹੁਤ ਸਸਤੇ ਦੇ ਵਿੱਚ ਲੋਨ ਦਿੱਤੇ ਅਤੇ ਇਹਨਾਂ ਦੇ ਟੈਕਸ ਦੇ ਵਿੱਚ ਵੀ ਕਾਫੀ ਜ਼ਿਆਦਾ ਇਹਨਾਂ ਨੂੰ ਰਿਆਇਤ ਦਿੱਤੀ, ਜਿਸ ਦੇ ਨਾਲ ਇਹਨਾਂ ਕੰਪਨੀਆਂ ਦਾ ਬਿਜ਼ਨਸ ਅੰਪਾਇਰ ਵੱਡਾ ਹੋਵੇ ਤੇ ਇਹਨਾਂ ਦਾ ਬਿਜ਼ਨਸ ਵਧੇ ਫੁੱਲੇ ਤੇ ਉਹਨਾਂ ਦੇ ਦੇਸ਼ ਨੂੰ ਇਹਨਾਂ ਦੇ ਕਾਰਨ ਫਾਇਦਾ ਮਿਲੇ। ਇੱਥੋਂ ਤੱਕ ਕਿ ਜਦੋਂ ਸੈਮਸੰਗ ਇਲੈਕਟ੍ਰੋਨਿਕ ਸੈਕਟਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਸਾਊਥ ਕੋਰੀਆ ਦੀ ਸਰਕਾਰ ਨੇ ਇਲੈਕਟ੍ਰੋਨਿਕ ਸੈਕਟਰ ਦੇ ਉੱਪਰ ਲੱਗਣ ਵਾਲੇ ਟੈਕਸ ਦੇ ਵਿੱਚ 50% ਕਟੌਤੀ ਕਰ
ਹੀ ਵਰਤਿਆ ਗਿਆ ਸੀ। ਇਹ ਸਭ ਕੁਝ ਹੋ ਰਿਹਾ ਸੀ ਸੈਮਸੰਗ ਦੇ ਫਾਊਂਡਰ ਲੀ ਦੇ ਕਾਰਨ, ਜਿਹੜੇ ਕਿ ਪੋਲੀਟੀਕਲ ਰਿਸ਼ਤੇ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਸਨ ਤੇ ਉਹ ਸਾਊਥ ਕੋਰੀਆ ਦੇ ਰਾਸ਼ਟਰਪਤੀ ਦੇ ਬਹੁਤ ਵਧੀਆ ਦੋਸਤ ਵੀ ਸਨ ਤੇ ਆਪਣੇ ਇਹਨਾਂ ਰਿਸ਼ਤਿਆਂ ਦੇ ਕਾਰਨ ਹੀ ਸੈਮਸੰਗ ਨੂੰ ਸਾਊਥ ਕੋਰੀਆ ਦੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸਹੂਲਤਾਂ ਮਿਲਦੀਆਂ ਰਹਿੰਦੀਆਂ ਸਨ ਤੇ ਇਹਨਾਂ ਕਾਰਨਾਂ ਕਰਕੇ ਹੀ ਸੈਮਸੰਗ ਨੂੰ ਕਦੇ ਵੀ ਫੰਡ ਦੀ ਕਮੀ ਮਹਿਸੂਸ ਨਹੀਂ ਹੋਈ ਕਿਉਂਕਿ ਸਾਊਥ ਕੋਰੀਆ ਦੀ ਸਰਕਾਰੀ ਬੈਂਕਾਂ ਦੇ ਦਰਵਾਜ਼ੇ ਹਮੇਸ਼ਾ ਸੈਮਸੰਗ ਦੇ ਲਈ ਖੁੱਲੇ ਰਹਿੰਦੇ ਸਨ। ਹਾਲਾਂਕਿ ਜਿਵੇਂ-ਜਿਵੇਂ ਸੈਮਸੰਗ ਤਰੱਕੀ ਕਰ ਰਿਹਾ ਸੀ ਉਸ ਦੀ ਤਰੱਕੀ ਦੇ ਨਾਲ ਹੀ ਸਾਊਥ ਕੋਰੀਆ ਨੂੰ ਵੀ ਕਾਫੀ ਜ਼ਿਆਦਾ ਲਾਭ ਮਿਲ ਰਿਹਾ ਸੀ। ਉੱਥੇ ਹੁਣ ਹਰ ਕਿਸੇ ਨੂੰ ਸਾਊਥ ਕੋਰੀਆ ਦੇ ਵਿੱਚ ਨਵੀਆਂ ਨੌਕਰੀਆਂ ਮਿਲ ਰਹੀਆਂ ਸਨ ਪਰ ਉੱਥੇ ਸਾਊਥ ਕੋਰੀਆ ਦੇ ਵਿੱਚ ਛੋਟੇ-ਛੋਟੇ ਬਿਜ਼ਨਸਮੈਨ ਤਬਾਹ ਹੋ ਰਹੇ ਸਨ ਕਿਉਂਕਿ ਉਹ ਸੈਮਸੰਗ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੇ ਨਾਲ ਨਹੀਂ ਟਿਕ ਪਾਉਂਦੇ ਸੀ। ਹੁਣ ਸੈਮਸੰਗ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੋ ਚੁੱਕਿਆ ਸੀ ਕਿ ਉਹ ਜਿਹੜੇ ਵੀ ਬਿਜ਼ਨਸ ਦੇ ਵਿੱਚ ਜਾਂਦਾ ਉਹ ਬਿਜ਼ਨਸ ਨੂੰ ਤਬਾਹ ਕਰ ਦਿੰਦਾ ਪਰ ਜਿਵੇਂ-ਜਿਵੇਂ ਸੈਮਸੰਗ ਨੇ ਤਰੱਕੀ ਕੀਤੀ ਉਵੇਂ-ਉਵੇਂ ਸਾਊਥ ਕੋਰੀਆ ਦੀ ਇਕਨੋਮੀ ਵੀ ਉੱਪਰ ਨੂੰ ਜਾਣ ਲੱਗੀ। ਸੈਮਸੰਗ ਸਾਊਥ ਕੋਰੀਆ ਦੇ ਵਿੱਚ ਕਿੰਨਾ ਜ਼ਿਆਦਾ ਵੱਡਾ ਹੋ ਚੁੱਕਿਆ ਸੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਕਿ ਸਾਲ 2014 ਦੇ ਵਿੱਚ ਸਾਊਥ ਕੋਰੀਆ ਦੀ ਟੋਟਲ ਜੀਡੀਪੀ ਦਾ 17% ਹਿੱਸਾ ਇਕੱਲੇ ਸੈਮਸੰਗ ਦਾ ਸੀ। ਐਲਜੀ ਅਤੇ ਹੰਡਾਈ ਕੰਪਨੀ ਦੀ ਕਹਾਣੀ ਵੀ ਇੱਥੇ ਮਿਲਦੀ ਜੁਲਦੀ ਹੈ ਪਰ ਸੈਮਸੰਗ ਇਹਨਾਂ ਸਾਰਿਆਂ ਦੇ ਵਿੱਚੋਂ ਵੱਡਾ ਸੀ। 1987 ਦੇ ਵਿੱਚ ਲੀ ਬੁਆਂਗ ਚੁੱਲ ਦੀ ਮੌਤ ਤੋਂ ਬਾਅਦ ਉਹਨਾਂ ਦੇ ਬੇਟੇ ਕੋਹਿਨੀ ਨੇ ਉਹਨਾਂ ਦੀ ਜਗ੍ਹਾ ਸੰਭਾਲੀ। ਇਹਨਾਂ ਦੇ ਸਮੇਂ ਵੀ ਸੈਮਸੰਗ ਅਤੇ ਸਰਕਾਰ ਦੇ ਸਬੰਧ ਕਾਫੀ ਜ਼ਿਆਦਾ ਭੇਦ ਭਰੇ ਰਹੇ ਤੇ 1996 ਦੇ ਵਿੱਚ ਕੋਹਿਨੀ ਦੇ ਉੱਪਰ ਉੱਥੋਂ ਦੇ ਰਾਸ਼ਟਰਪਤੀ ਨੂੰ ਰਿਸ਼ਵਤ ਦੇਣ ਦਾ ਇਲਜ਼ਾਮ ਵੀ ਲੱਗਿਆ ਪਰ ਸੈਮਸੰਗ ਦੇ ਨਾਲ ਸਰਕਾਰ ਦੇ ਵਧੀਆ ਸਬੰਧਾਂ ਦੇ ਕਾਰਨ ਰਾਸ਼ਟਰਪਤੀ ਨੇ ਉਹਨਾਂ ਦੇ ਉੱਪਰ ਬਿਨਾਂ ਕੋਈ ਐਕਸ਼ਨ ਲਏ ਉਹਨਾਂ ਨੂੰ ਮਾਫ਼ ਕਰ ਦਿੱਤਾ। ਅਜੇ ਹੈ 2008 ਦੇ ਵਿੱਚ ਵੀ ਹੋਇਆ ਸੀ ਜਦੋਂ ਕੋਹਿਨੀ ਨੂੰ ਇੱਕ ਟੈਕਸ ਘਟਾਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ ਜਿਸ ਦੇ ਕਾਰਨ ਉਹਨਾਂ ਨੂੰ ਉਹਨਾਂ ਦੇ ਪਦ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਨੂੰ 3 ਸਾਲ ਦੀ ਸਜ਼ਾ ਵੀ ਹੋਈ ਪਰ 1 ਸਾਲ ਬਾਅਦ ਹੀ ਸਾਊਥ ਕੋਰੀਆ ਦੇ ਰਾਸ਼ਟਰਪਤੀ ਨੇ ਉਹਨਾਂ ਦੀ ਸਜ਼ਾ ਨੂੰ ਮਾਫ਼ ਕਰ ਦਿੱਤਾ ਤੇ ਉਹ ਫਿਰ ਤੋਂ ਸੈਮਸੰਗ ਦੇ ਚੇਅਰਮੈਨ ਬਣ ਗਏ। ਹੁਣ ਇੱਥੋਂ ਤੁਸੀਂ ਸੈਮਸੰਗ ਅਤੇ ਕੋਰੀਆ ਦੀ ਸਰਕਾਰ ਦੇ ਵਿਚਾਲੇ ਜਿਹੜੇ ਸਬੰਧ ਕਿਸ ਤਰ੍ਹਾਂ ਦੇ ਨੇ ਉਹਨਾਂ ਨੂੰ ਸਮਝ ਸਕਦੇ ਹੋ। ਇਸ ਤੋਂ ਬਾਅਦ ਆਪਣੇ ਬੇਟੇ ਲੀ ਚੁਆਂਗ ਨੂੰ ਸੈਮਸੰਗ ਦਾ ਹੈੱਡ ਬਣਾਉਣ ਦੇ ਲਈ ਸਰਕਾਰੀ ਅਫਸਰਾਂ ਨੂੰ ਰਿਸ਼ਵਤ ਦੇਣ ਦੇ ਆਰੋਪ ਵੀ ਲੱਗੇ ਤੇ ਫਿਰ ਲੀ ਚੁਆਂਗ ਵੀ ਰਿਸ਼ਵਤ ਦੇਣ ਦੇ ਦੋਸ਼ੀ ਪਾਏ ਗਏ ਪਰ ਉਹਨਾਂ ਦੇ ਉੱਪਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਹੁਣ ਕੋਰੀਆ ਦੇ ਲੋਕ ਵੀ ਇਹ ਚੀਜ਼ ਨੂੰ ਸਮਝ ਚੁੱਕੇ ਸਨ ਕਿ ਸੈਮਸੰਗ ਦੇ ਖਿਲਾਫ ਆਵਾਜ਼ ਚੁੱਕਣਾ ਮਤਲਬ ਸਰਕਾਰ ਦੇ ਖਿਲਾਫ ਆਵਾਜ਼ ਚੁੱਕਣਾ ਹੈ। ਕੋਰੀਅਨ ਲੋਕ ਹੁਣ ਇਹ ਕਹਿੰਦੇ ਨੇ ਕਿ ਸੈਮਸੰਗ ਨੂੰ ਕੋਈ ਹਰਾ ਨਹੀਂ ਸਕਦਾ, ਉਹ ਸਰਕਾਰੀ ਨਿਯਮ ਅਤੇ ਕਾਨੂੰਨਾਂ ਤੋਂ ਬਹੁਤ ਜ਼ਿਆਦਾ ਉੱਪਰ ਹੈ। ਇਹ ਸੀ ਸੈਮਸੰਗ ਕੰਪਨੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਪੂਰੀ ਕਹਾਣੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।